ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚੈਨਲ ਪੰਜਾਬ ਇੱਧਰ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਹਾਜ਼ਰ ਹੋਏ ਹਾਂ 26 ਮਾਰਚ ਦੁਪਹਿਰ ਤੋਂ ਸ਼ਾਮ ਦੀਆਂ ਜਿਹੜੀਆਂ ਕੁਝ ਤਾਜ਼ਾ ਖਬਰਾਂ ਪ੍ਰਾਪਤ ਹੋਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਸੋ ਜਿਵੇਂ ਕਿ ਇਸ ਮਹਾਂਮਾਰੀ ਦਾ ਕਾਰਨ ਪੂਰੀ ਦੁਨੀਆ ਵਿੱਚ ਤੜਥੱਲੀ ਮੱਚੀ ਹੋਈ ਹੈ, ਤਾਂ ਇਸ ਨੂੰ ਜਿਹੜਾ ਰੋਕਣ ਦੇ ਲਈ ਪੰਜਾਬ ਸਰਕਾਰ ਵੀ ਕਰਫਿਊ ਲਗਾਇਆ, ਅਤੇ ਕਰਫਿਊ ਲੱਗਣ ਨਾਲ ਜਿਹੜੀ ਪੰਜਾਬ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੋਈਆਂ ਨੇ। ਸੋ ਇਹਦੇ ਨਾਲ ਹੀ ਪੰਜਾਬ ਦੇ ਕਿਸਾਨ ਜਿਹੜੇ ਸਬਜ਼ੀਆਂ ਅਤੇ ਫਲਾਂ ਦੇ ਕਾਸ਼ਤਕਾਰ ਨੇ, ਤਾਂ ਉਹਨਾਂ ਨੂੰ ਸਬਜ਼ੀਆਂ ਵੇਚਣ ਵਿੱਚ ਕਾਫੀ ਦਿੱਕਤ ਆ ਰਹੀ ਹੈ, ਸਬਜ਼ੀਆਂ ਖਰਾਬ ਹੋਈਆਂ ਨੇ। ਸੋ ਪਹਿਲੀ ਖਬਰ ਉਹਨਾਂ ਦੇ ਲਈ ਹੈ ਕਿ ਪੰਜਾਬ ਸਰਕਾਰ ਨੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅਧਿਕਾਰੀ ਨੇ, ਜ਼ਿਲ੍ਹਾ ਅਧਿਕਾਰੀ, ਉਹਨਾਂ ਦੇ ਮੋਬਾਈਲ ਨੰਬਰ ਅਤੇ ਨਾਮ ਸੂਚੀ ਜਾਰੀ ਕਰ ਦਿੱਤੀ ਹੈ। ਸੋ ਕਿਸਾਨ ਵੀਰ ਜਿਹੜੇ ਫਲਾਂ ਅਤੇ ਸਬਜ਼ੀਆਂ ਦੇ ਜਿਨ੍ਹਾਂ ਨੇ ਆਪਣੀਆਂ ਵੇਚਣੀਆਂ ਹਨ, ਤਾਂ ਉਹ ਇਹ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਨੇ। ਤੁਹਾਨੂੰ ਹੁਣ ਆਪਾਂ ਜ਼ਿਲ੍ਹੇ ਵਾਈਜ਼ ਉਹਨਾਂ ਦੇ ਨੰਬਰ ਅਤੇ ਨਾਮ ਦੱਸਣ ਲੱਗੇ ਹਾਂ। ਅੰਮ੍ਰਿਤਸਰ ਜ਼ਿਲ੍ਹਾ ਵਿੱਚ ਅਧਿਕਾਰੀ ਜਸਵਿੰਦਰ ਸਿੰਘ, ਮੋਬਾਈਲ 9914577454। ਬਰਨਾਲਾ ਵਿੱਚ ਜ਼ਿਲ੍ਹਾ ਅਧਿਕਾਰੀ ਜਸ਼ਪਾਲ ਸਿੰਘ, ਮੋਬਾਈਲ ਨੰਬਰ 9417744675। ਬਠਿੰਡਾ ਵਿੱਚ ਪ੍ਰੀਤ ਕੰਵਰ ਸਿੰਘ, ਮੋਬਾਈਲ ਨੰਬਰ 9878800160। ਫਾਜ਼ਿਲਕਾ ਵਿੱਚ ਸਵਰਨ ਸਿੰਘ, 9878988325। ਫਰੀਦਕੋਟ ਵਿੱਚ ਮਨਜੀਤ ਸਿੰਘ, 9764064605। ਫਤਿਹਗੜ੍ਹ ਸਾਹਿਬ ਵਿੱਚ ਰਜਿੰਦਰ ਕੁਮਾਰ, 9652517430। ਫਿਰੋਜ਼ਪੁਰ ਵਿੱਚ ਮਨਿੰਦਰਜੀਤ ਸਿੰਘ, 9915007009949। ਗੁਰਦਾਸਪੁਰ ਵਿੱਚ 9780022352। ਅਤੇ ਉਸ ਤੋਂ ਬਾਅਦ ਅੱਗੇ ਹੁਸ਼ਿਆਰਪੁਰ ਵਿੱਚ ਤਜਿੰਦਰ ਸਿੰਘ, 9876643085। ਜਲੰਧਰ ਵਿਖੇ ਦਵਿੰਦਰ ਸਿੰਘ, 9814780245। ਕਪੂਰਥਲਾ ਵਿੱਚ ਰੁਪਿੰਦਰ ਮਿਨਹਾਂਸ, 9506049000। ਲੁਧਿਆਣਾ ਵਿਖੇ ਜਸਵੀਰ ਕੌਰ, 9780000। ਇਸ ਤੋਂ ਬਾਅਦ 2460। ਮਾਨਸਾ ਵਿਖੇ ਰਜਨੀਸ਼ ਗੋਇਲ, ਜਿਹਦੇ ਵਿੱਚ 8725705097। ਮੋਗਾ ਵਿਖੇ ਜਸਵਿੰਦਰ ਸਿੰਘ, 9855062860। ਮੋਹਾਲੀ ਵਿਖੇ ਭਜਨ ਕੌਰ, ਮੋਬਾਈਲ ਨੰਬਰ 9978841202। ਮੁਕਤਸਰ ਵਿਖੇ ਕੁਲਵੀਰ ਸਿੰਘ, 9814461261। ਪਠਾਨਕੋਟ ਵਿਖੇ ਅਮਨਦੀਪ ਸਿੰਘ, 9883855652। ਪਟਿਆਲਾ ਵਿਖੇ ਜਸਪਾਲ ਸਿੰਘ, 9798980094। ਰੂਪਨਗਰ ਵਿਖੇ ਜਗਤਾਰ ਸਿੰਘ, 8265441071। ਸੰਗਰੂਰ ਵਿਖੇ ਜਸਵੀਰ ਸਿੰਘ, 9786003000। ਇਸ ਤੋਂ ਬਾਅਦ ਭਗਤ ਸਿੰਘ ਨਗਰ ਵਿਖੇ ਮੁਕੇਸ਼ ਕੈਲੇ, 9966349586। ਤਰਨ ਤਾਰਨ ਵਿਖੇ ਅਜੈਪਾਲ ਸਿੰਘ, 9877754511। ਸੋ ਇਹ ਅਧਿਕਾਰੀ ਨੇ ਜਿਹੜੇ ਪੰਜਾਬ ਪ੍ਰਸ਼ਾਸਨ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਅਧਿਕਾਰੀ ਜਿਹੜੇ ਨਿਯੁਕਤ ਕੀਤੇ ਗਏ ਨੇ। ਸੋ ਤੁਸੀਂ ਇਹਨਾਂ ਨੰਬਰਾਂ 'ਤੇ ਕੰਟੈਕਟ ਕਰਕੇ ਆਪਣੀ ਜਿਹੜੀ ਸਬਜ਼ੀ ਹੈ ਜਾਂ ਫਲ ਜਿਹੜੇ ਕਿਸਾਨਾਂ ਦੇ ਉਹਨਾਂ ਦੇ ਵੇਚਣ ਸੰਬੰਧੀ ਇਹਨਾਂ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ, ਅਤੇ ਤੁਹਾਨੂੰ ਅੱਗੋਂ ਦੱਸਣਗੇ ਵੀ ਤੁਸੀਂ ਕਿੱਥੇ ਵੇਚ ਸਕਦੇ ਹੋ। ਸੋ ਹੁਣ ਅੱਗੇ ਗੱਲ ਕਰਦੇ ਹਾਂ ਜਿਹੜੀਆਂ ਅਗਲੀਆਂ ਖਬਰਾਂ ਨੇ ਪੰਜਾਬ ਦੀਆਂ। ਸੋ ਇਹ ਨੰਬਰਾਂ ਦੀ ਸੂਚੀ ਆਪਾਂ ਇਸ ਲਈ ਦਿੱਤੀ ਹੈ ਕਿਉਂਕਿ ਵੱਖ ਵੱਖ ਕਿਸਾਨਾਂ ਦੇ ਜਿਹੜੇ ਇਸ ਵੀ ਸੰਬੰਧੀ ਮੰਗ ਆ ਰਹੀ ਸੀ ਕਿ ਉਹ ਕਿਵੇਂ ਪ੍ਰਸ਼ਾਸਨ ਨਾਲ ਕੰਟੈਕਟ ਕਰਨ, ਕਿਉਂਕਿ ਉਹਨਾਂ ਦੀਆਂ ਫਲ ਅਤੇ ਸਬਜ਼ੀਆਂ ਖੇਤਾਂ ਵਿੱਚ ਹੀ ਗਲ ਸੜ ਕੇ ਖਰਾਬ ਹੋ ਰਹੀਆਂ ਹਨ। ਹੁਣ ਜਿਹੜੀ ਅਗਲੀ ਖਬਰ ਆ ਰਹੀ ਉਹਦੇ ਵੱਲ ਵੱਧਦੇ ਹਾਂ। ਚੰਡੀਗੜ੍ਹ ਵਿਖੇ ਲੋਕਡਾਊਨ ਦੇ ਦੌਰਾਨ ਜਿਹੜੀਆਂ CTU ਦੀਆਂ ਬੱਸਾਂ ਰਾਹੀਂ ਵੱਖ ਵੱਖ ਸੈਕਟਰਾਂ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ। ਇਸ ਮਹਾਮਾਰੀ ਨਾਲ ਨਜਿੱਠਣ ਲਈ PM ਮੋਦੀ ਨੇ ਪੂਰੇ ਦੇਸ਼ ਵਿੱਚ 24 ਮਾਰਚ ਤੋਂ 21 ਦਿਨਾਂ ਦਾ ਲੋਕਡਾਊਨ ਜਾਰੀ ਕੀਤਾ। ਇਹਦੇ ਸੰਬੰਧੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਸੋ ਪੰਜਾਬ ਦੇ ਗਵਰਨਰ ਸ਼੍ਰੀ BP ਬਦਨੌਰ ਨੇ ਚੰਡੀਗੜ੍ਹ ਦੇ ਵੱਖ ਵੱਖ ਸ਼ਹਿਰਾਂ ਵਿਖੇ ਦੌਰਾ ਕੀਤਾ ਅਤੇ ਉਹਨਾਂ ਨੇ ਫਲਾਂ ਅਤੇ ਸਬਜ਼ੀਆਂ, ਦੁੱਧ ਅਤੇ ਕਰਿਆਨੇ ਸਮਾਨ ਦੀ ਪੂਰਤੀ ਲਈ ਸਵੱਛ ਮੁਹਿੰਮ ਦਾ ਜਾਇਜ਼ਾ ਵੀ ਲਿਆ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਇਸ ਲਈ ਉਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ CTU ਦੀ 25 ਬੱਸਾਂ ਵਿੱਚ ਸਬਜ਼ੀਆਂ ਅਤੇ ਫਲਾਂ ਨੂੰ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਵਿੱਚ ਉਹਨਾਂ ਦੇ ਵੱਖ ਵੱਖ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਜ਼ਿੰਮਾ ਸੌਂਪਿਆ ਹੈ।
ਸੋ ਉਸ ਤੋਂ ਬਿਨਾਂ ਅਗਲੀ ਖਬਰ ਆ ਰਹੀ ਹੈ ਕਿ ਲੋਕਡਾਊਨ ਦੇ ਚੱਲਦੇ ਦਿੱਲੀ ਤੋਂ ਯੂਪੀ ਲਈ ਪੈਦਲ ਚੱਲੇ ਦਿਹਾੜੀਦਾਰ ਮਜ਼ਦੂਰ ਬੋਲੇ ਸ਼ਹਿਰ ਨਹੀਂ ਛੱਡਿਆ ਤਾਂ ਭੁੱਖੇ ਮਰ ਜਾਵਾਂਗੇ। ਇੱਕ ਔਰਤ ਨੇ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਬਚੇ ਹਨ ਕਿਉਂਕਿ ਇੱਥੇ ਸਾਨੂੰ ਕੰਮ ਨਹੀਂ ਮਿਲਿਆ, ਅਸੀਂ ਖਾਵਾਂਗੇ ਜੇਕਰ ਅਸੀਂ ਇਹ ਸ਼ਹਿਰ ਨਹੀਂ ਛੱਡਦੇ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਇਸ ਲਈ ਉਹ ਪੈਦਲ ਉਹਨਾਂ ਨੇ ਦਿੱਲੀ ਤੋਂ ਲੈ ਕੇ ਯੂਪੀ ਤੱਕ ਦਾ ਜਿਹੜਾ ਆਪਣਾ ਸਫ਼ਰ ਆ ਉਹ ਆਰੰਭ ਕਰ ਦਿੱਤਾ ਹੈ। ਸੋ ਅਗਲੀ ਖਬਰ ਵੀ ਜਿਹੜੀ ਆ ਰਹੀ ਹੈ ਕਿ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਨਾਜ਼ੀਆਬਾਦ ਥਾਣੇ ਵਿੱਚ ਕੋਟਦਵਾਰ ਰੋਡ ਉੱਪਰ ਇੱਕ ਖਾਲੀ ਦੁੱਧ ਦੇ ਟੈਂਕਰ ਵਿੱਚ 16 ਸਵਾਰ ਵਿਅਕਤੀ ਜਿਹੜੇ ਛੁੱਪ ਕੇ ਦੇਹਰਾਦੂਨ ਤੋਂ ਨਾਜ਼ੀਬਾਬਾਦ ਪਹੁੰਚ ਗਏ। ਅਸਲ ਵਿੱਚ 21 ਦਿਨਾਂ ਦੇ ਅਚਾਨਕ ਬੰਦ ਹੋਣ ਦੇ ਕਾਰਨ ਸਖਤੀ ਦੇ ਕਾਰਨ ਪ੍ਰਾਈਵੇਟ ਅਤੇ ਸਰਕਾਰੀ ਗੱਡੀਆਂ ਬੰਦ ਹੋ ਗਈਆਂ, ਇਸ ਕਾਰਨ ਦੁੱਧ ਦੇ ਟੈਂਕਰ ਵਿੱਚ ਛਿਪ ਕੇ ਅੱਗੇ ਚਲੇ ਗਏ। ਸੋ ਇਸ ਤੋਂ ਇਲਾਵਾ ਪੰਜਾਬ ਤੋਂ ਜਿਹੜੀ ਅਗਲੀ ਖਬਰ ਆ ਰਹੀ ਹੈ ਕਿ ਨਾਭਾ ਦੇ ਜਿਹੜਾ ਪਿੰਡ ਆ ਅਗੇਤਾ ਵਿੱਚ ਉਹਨਾਂ ਪਿੰਡ ਵਾਸੀਆਂ ਨੇ ਪਿੰਡ ਨੂੰ ਪੂਰੀ ਤਰ੍ਹਾਂ ਲੋਕਡਾਊਨ ਕਰ ਦਿੱਤਾ ਹੈ। ਉਹਨਾਂ ਨੇ ਆਪਣੇ ਪਿੰਡ ਪੱਧਰ 'ਤੇ 750 ਲੋਕਾਂ ਦੀ ਜਿਹੜੀ ਆਬਾਦੀ ਵਾਲਾ ਪਿੰਡ ਇਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਸਾਰੇ ਗੇਟ ਬੰਦ ਕਰ ਦਿੱਤੇ ਹਨ ਪਿੰਡ ਦੇ, ਅਤੇ ਸਭ ਜਿਹੜੀਆਂ ਲਿੰਕ ਸੜਕਾਂ ਹਨ ਜਿਵੇਂ ਨਾਭਾ ਸ਼ਹਿਰ ਮੇਨ ਨਾਲ ਲੱਗਦੀ ਅਤੇ ਬਾਕੀ ਹੋਰ ਪਿੰਡਾਂ ਨਾਲ ਲੱਗਦੀਆਂ ਸਾਰੀਆਂ ਸੜਕਾਂ ਪੂਰੀ ਤਰ੍ਹਾਂ ਉਹਨਾਂ ਨੇ ਬੰਦ ਕਰ ਦਿੱਤੀਆਂ ਹਨ। ਪਿੰਡ ਤੋਂ ਕੋਈ ਬਾਹਰ ਦਾ ਵਿਅਕਤੀ ਪਿੰਡ ਵਿੱਚ ਦਾਖਲ ਨਹੀਂ ਹੋ ਸਕਦਾ। ਸੋ ਇਹਨਾਂ ਨੇ ਪਿੰਡ ਦੀ ਸੁਰੱਖਿਆ ਦੇ ਲਈ ਇਹ ਪਿੰਡ ਪੱਧਰ ਉੱਤੇ ਪੰਚਾਇਤ ਵੱਲੋਂ ਇਹ ਜਿਹੜਾ ਕਾਫੀ ਵੱਡਾ ਕਦਮ ਚੁੱਕਿਆ ਗਿਆ, ਅਤੇ ਇਸ ਤੋਂ ਇਲਾਵਾ ਪੂਰੇ ਪਿੰਡ ਵਿੱਚ ਜਿਹੜੀ ਸੈਨੇਟਾਈਜ਼ਰ ਦੀ ਸਪਰੇਅ ਵੀ ਕੀਤੀ ਗਈ ਹੈ। ਸੋ ਅਗਲੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਕਿ ਚੰਡੀਗੜ੍ਹ ਵਿੱਚ ਇੱਕ ਬਹੁਤ ਵਧੀਆ ਖਬਰ ਆ ਰਹੀ ਹੈ ਕਿ 48 ਘੰਟਿਆਂ ਵਿੱਚ ਪਿਛਲੇ 48 ਘੰਟਿਆਂ ਵਿੱਚ ਇੱਕ ਵੀ ਜਿਹੜਾ ਸ਼ੱਕੀ ਮਰੀਜ਼ ਆ ਜਾਂ ਫਿਰ ਕੋਈ ਵੀ ਜਿਹੜਾ ਇਸ ਨਾਲ ਮਰੀਜ਼ ਜਿਹੜਾ ਵਾਇਰਸ ਦਾ ਉਹ ਇੱਕ ਵੀ ਸਾਹਮਣੇ ਨਹੀਂ ਆਇਆ, ਜਿਹੜੀ ਕਿ ਇੱਕ ਬਹੁਤ ਵਧੀਆ ਜਿਹੜੀ ਚੰਗੀ ਖਬਰ ਆ ਚੰਡੀਗੜ੍ਹ ਦੇ ਲਈ। ਸੋ ਅਗਲੀ ਖਬਰ ਆ ਰਹੀ ਹੈ ਵੀ ਨਵਾਂਸ਼ਹਿਰ ਦੇ ਪਠਲਾਵਾਂ ਵਿੱਚ ਇੱਕ ਹੋਰ ਜਿਹੜਾ ਪੋਜ਼ਿਟਿਵ ਵਿਅਕਤੀ ਸਾਹਮਣੇ ਆਇਆ ਅਤੇ ਜਿਸ ਨਾਲ ਸੂਬੇ ਵਿੱਚ ਗਿਣਤੀ 33 ਹੋ ਗਈ ਹੈ। ਇਸ ਤੋਂ ਇਲਾਵਾ ਇੱਕ ਜਲੰਧਰ ਵਿਖੇ ਵੀ ਇੱਕ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ 70 ਸਾਲ ਦੀ ਮਹਿਲਾ ਵਿੱਚ, ਇਹਨਾਂ ਦੋਨਾਂ ਦੇ ਨਾਲ ਜਿਹੜੀ ਗਿਣਤੀ ਆ ਉਹ ਪੰਜਾਬ ਵਿੱਚ ਕੁੱਲ 33 ਹੋ ਚੁੱਕੀ ਹੈ। ਪੰਜਾਬ 'ਚ ਇਹਨਾਂ ਪੀੜਤਾਂ ਦੀ ਗਿਣਤੀ ਨਾ ਰੁਕਣ ਦਾ ਨਾਮ ਲੈ ਰਹੀ ਹੈ ਅਤੇ ਨਵਾਂਸ਼ਹਿਰ ਦੇ ਪਿੰਡ ਪਠਲਾਵਾਂ ਵਿੱਚ ਇੱਕ ਹੋਰ ਪੀੜਤ ਜਿਹੜਾ ਸਾਹਮਣੇ ਆਇਆ ਹੈ ਕਿ ਇਸ ਮਹਾਮਾਰੀ ਨਾਲ ਪੀੜਤ ਜਿਹੜਾ ਸਰਪੰਚ ਅਤੇ ਉਸਦੀ ਮਾਂ ਦੀ ਰਿਪੋਰਟ ਆ ਜਿਹੜੀ ਉਹ ਵੀ ਪੋਜ਼ਿਟਿਵ ਆਈ ਹੈ। ਸੋ ਪਿੰਡ ਪਠਲਾਵਾਂ 'ਚ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ 18 ਮਾਮਲੇ ਅਜਿਹੇ ਜਿਹੜੇ ਸਾਹਮਣੇ ਆ ਚੁੱਕੇ ਹਨ। ਸੋ ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈ ਕਿ ਜਲੰਧਰ ਵਿੱਚ 70 ਸਾਲਾ ਮਹਿਲਾ ਦੀ ਵੀ ਜਿਹੜੀ ਰਿਪੋਰਟ ਆ ਉਹ ਵੀ ਪੋਜ਼ਿਟਿਵ ਆ ਚੁੱਕੀ ਹੈ। ਸੋ ਅਗਲੀ ਖਬਰ ਆ ਰਹੀ ਹੈ ਕਿ ਅਮਰੀਕਾ ਤੋਂ ਕਿ ਕਰੋਨਾ ਦੇ ਇਸ ਦੇ ਕਾਰਨ ਅਮਰੀਕਾ ਵਿੱਚ 1000 ਤੋਂ ਜਿਹੜੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਕਈ ਲੋਕ ਠੀਕ ਵੀ ਹਨ ਅਤੇ ਰਿਕਵਰੀ ਵੀ ਹੋ ਰਹੀ ਹੈ, ਅਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੁਣ ਤੱਕ ਲਗਭਗ 68,572 ਜਿਹੜੇ ਕੇਸ ਨੇ ਉਹ ਆ ਚੁੱਕੇ ਨੇ ਅਤੇ 593 ਜਿਹੜੇ ਲੋਕ ਨੇ ਉਹ ਇਸ ਤੋਂ ਠੀਕ ਹੋ ਚੁੱਕੇ ਨੇ। ਸੋ ਅਗਲੀ ਖਬਰ ਆ ਰਹੀ ਹੈ ਪੰਜਾਬ ਤੋਂ ਕਿ ਹਰਸਿਮਰਤ ਕੌਰ ਬਾਦਲ ਨੇ AIFPA ਨੂੰ ਭਰੋਸਾ ਦਵਾਇਆ ਹੈ ਕਿ ਉਹ ਲੋਕਡਾਊਨ ਦੌਰਾਨ ਉਹਨਾਂ ਦੇ ਅਦਾਰਿਆਂ ਨੂੰ ਕੰਮ ਕਰਨ ਦੀ ਜਿਹੜੀ ਆਗਿਆ ਹੋਵੇਗੀ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਫੂਡ ਸਪਲਾਈ ਵਿਭਾਗ ਆ ਜਿਹੜਾ ਇਹਦੇ ਵਿੱਚ ਜਿਹੜੇ ਸਾਰੇ ਹੀ ਵਿਅਕਤੀ ਜਿਹੜੇ ਫੂਡ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਇੱਕ ਈ ਜਿਹੜੇ ਪਾਸ ਨੇ ਉਹ ਜਾਰੀ ਕਰ ਦਿੱਤੇ ਜਾਣਗੇ ਤਾਂ ਜੋ ਜਿਹੜੇ ਫੂਡ ਸਪਲਾਈ ਜਿਹੜਾ ਕੰਮ ਉਹ ਲਗਾਤਾਰ ਚੱਲਦਾ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਪੰਜਾਬ ਵਿੱਚ ਫੂਡ ਜਾਂ ਸਪਲਾਈ ਦੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸੋ ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਆ ਰਹੀ ਹੈ ਚੀਨ ਵਿੱਚੋਂ ਕਿ ਇਸ ਮਹਾਮਾਰੀ ਵਿਰੁੱਧ ਵਿਸ਼ਵਵਿਆਪੀ ਜੰਗ ਮੈਦਾਨ ਵਿੱਚ ਹੁਣ ਉਹਨਾਂ ਡਾਕਟਰੀ ਦੇ ਸਹਾਇਕ ਪੇਸ਼ੇਵਰ ਜਿਹੜੇ ਰੋਬੋਟ ਨੇ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਭਾਵ ਬਣਾਉਟੀ ਬੁੱਧੀ ਵਾਲੇ ਜਿਹੜੇ ਰੋਬੋਟ ਨੇ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸਿਹਤ ਕਰਮਚਾਰੀਆਂ ਦੇ ਇਸ ਵਾਇਰਸ ਦੇ ਸੰਪਰਕ ਨੂੰ ਘੱਟ ਤੋਂ ਘੱਟ ਆਉਣ ਦੇ ਉਪਰਾਲੇ ਵਜੋਂ ਹਸਪਤਾਲਾਂ ਵਿੱਚ ਰੋਗਾਣੂ ਮੁਕਤ ਕਰਨ ਲਈ ਡਿਊਟੀ ਰੋਬੋਟਾਂ ਦਿੱਤੀ ਜਾ ਰਹੀ ਹੈ ਜੋ ਸਫਾਈ ਲਈ ਅਲਟਰਾਵਾਇਲਟ ਕਿਰਨਾਂ ਦੀ ਵਰਤੋਂ ਕਰਦੇ ਹਨ ਅਤੇ ਟੈਂਪਰੇਚਰ ਅਤੇ ਸਕਰੀਨਿੰਗ ਵਗੈਰਾ ਵੀ ਜਿਹੜੀ ਸਾਰੀ ਰੋਬੋਟਾਂ ਦੁਆਰਾ ਕੀਤੀ ਜਾ ਰਹੀ ਹੈ। ਸੋ ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਆ ਰਹੀ ਹੈ ਕਿ ਭੋਪਾਲ ਤੋਂ ਕਿ ਮਹਾਰਾਸ਼ਟਰ ਵਿੱਚ ਜਿਵੇਂ ਕਿ ਕਣਕ ਦੀ ਵਢਾਈ ਲਗਭਗ ਆਰੰਭੀ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਜਿਹੜਾ ਵਾਢੀ ਹੈ ਜ਼ੋਰ ਹੋ ਪੈਣ ਵਾਲਾ ਹੈ। ਸੋ ਇਸ ਲਈ ਜ਼ਿਲ੍ਹਾ ਪੁੱਥੇ ਦੇ ਪ੍ਰਸ਼ਾਸਨ ਨੇ ਇੱਕ ਚਿੱਠੀ ਵਿੱਚ ਇਹ ਕਿ ਲਿਖਿਆ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਕੰਬਾਈਨ ਹਾਰਵੈਸਟਰਾਂ ਇਸ ਤੋਂ ਇਲਾਵਾ ਸਟਰਾ ਰੀਪਰ ਅਤੇ ਟਰੈਕਟਰਾਂ ਦੀ ਜਿਹੜੀ ਇਹਨਾਂ ਉੱਪਰ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ। ਕੰਬਾਈਨ ਉੱਪਰ 2 ਵਿਅਕਤੀ ਚੱਲ ਸਕਦੇ ਨੇ, ਇਸ ਤੋਂ ਇਲਾਵਾ ਸਟਾਰ ਰੀਪਰ ਦੇ ਨਾਲ ਨਾਲ ਜਿਹੜੀ ਤੂੜੀ ਵਾਹੁਣ ਵਾਲੀ ਮਸ਼ੀਨ ਹੈ ਉਹਦੇ ਲਈ ਲਗਭਗ 4 ਤੋਂ 5 ਵਿਅਕਤੀ ਜਿਹੜੇ ਨਾਲ ਰਹਿ ਸਕਦੇ ਹਨ ਅਤੇ ਇਹਨਾਂ ਉੱਪਰ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ, ਪਰ ਇਹਨਾਂ ਵਿੱਚ ਜਿਹੜਾ ਥੋੜ੍ਹੀ ਜਿਹੀ ਦੂਰੀ ਬਣਾਈ ਰੱਖਣਾ ਉਹ ਲਾਜ਼ਮੀ ਹੋਵੇਗਾ। ਸੋ ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਜਿਹੜੀ ਕਣਕ ਦੀ ਵਾਢੀ ਆ ਉਹ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਵੇਗੀ, ਕਿਸਾਨਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਦੀ ਲੋੜ ਨਹੀਂ ਹੈ ਕਿਉਂਕਿ ਅਨਾਜ ਭੜਾ ਦਿੰਦਾ ਸਮਸ ਜਿਹੜਾ ਕੰਮ ਹੁੰਦਾ ਹੈ ਉਹ ਪੂਰੇ ਵਿਸ਼ਵ ਵਿੱਚ ਕਹੀ ਜਾਂ ਪੂਰੇ ਭਾਰਤ ਵਿੱਚ ਕਹੀ ਹੈ ਸਭ ਤੋਂ ਪਹਿਲੇ ਪੱਧਰ 'ਤੇ ਕੀਤਾ ਜਾਵੇਗਾ ਕਿਉਂਕਿ ਅਨਾਜ ਇੱਕ ਅਜਿਹੀ ਲੋੜ ਹੈ ਜਿਹਦੇ ਸਾਰੇ ਦੇਸ਼ ਨੂੰ ਸਭ ਤੋਂ ਪਹਿਲਾਂ ਹੀ ਜ਼ਰੂਰਤ ਅਤੇ ਮੰਗ ਦੀ ਪੂਰਤੀ ਹੁੰਦੀ ਹੈ। ਸੋ ਇਸੇ ਕਰਕੇ ਅਨਾਜ ਦੀ ਢੋਆ ਢੁਆਈ ਜਿਹੜੀਆਂ ਰੇਲ ਮਾਲ ਗੱਡੀਆਂ ਹਨ ਉਹਨਾਂ ਨੂੰ ਵੀ ਸੁਨਿਸ਼ਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਜਿਹੜਾ ਪੰਜਾਬ ਵਿੱਚੋਂ ਅਨਾਜ ਹੈ ਕਣਕ ਉਹਨੂੰ ਬਾਹਰਲੇ ਪ੍ਰਦੇਸ਼ਾਂ ਵਿੱਚ ਵੀ ਲਿਜਾਣ ਵਿੱਚ ਕਿਸੇ ਵੀ ਸਮੇਂ ਜਿਹੜੀ ਦਿੱਕਤ ਨਾ ਆਵੇ। ਸੋ ਇਹ ਸਨ
26 मार्च दोपहर तो शाम तक दियां प्राप्त हुई सन। सो बाकी अगले दिन की जी खबर की रिपोर्ट आप अगले दिन सवेर के समय लैके फिर तो हाजिर होवे। उदों तक चैनल पंजाब वैदर नूं सबसक्राइब कर लियो ताकि हर प्रकार की जी जानकारी तक पहुँचती रहे। धन्यवाद जी।